ਇੱਧਰ ਵੇਖੋ ਕਹਿੰਦਾ ਤੁਸੀਂ ਇੱਕ ਚੀਜ਼ ਬੜੀ ਵਧੀਆ ਇੱਧਰ ਪਿੰਡਾਂ 'ਚ, ਉਹ ਸਾਹਮਣੇ ਪਿੰਡ ਵੱਸਦਾ ਨਿੱਕਾ ਜਿਹਾ ਅਤੇ ਪਪੂਲਰ ਬਹੁਤ ਜ਼ਿਆਦਾ ਲੱਗਦਾ ਇੱਧਰ, ਅਤੇ ਐਨ ਦਰਿਆ ਦਾ ਕੰਢਾ ਹੀ ਹੈ ਤਕਰੀਬਨ ਇਹ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨੀਚਲੇ ਪਾਸੇ, ਅਤੇ ਬੜੇ ਸੋਹਣੇ ਯਾਨੀ ਕਿ ਮਾਹੌਲ ਬੜਾ ਵਧੀਆ ਇੱਧਰ ਅਨੰਦਪੁਰ ਸਾਹਿਬ ਵੱਲ। ਆ ਵੇਖੋ ਤੁਸੀਂ ਜਿਵੇਂ ਥੱਲੇ ਨਾ ਪੂਰਾ ਟਰੱਕ ਦਾ ਹੈਗਾ ਏ, ਦੋ ਟਰਾਲੀਆਂ ਜਿੰਨੀ ਜਗ੍ਹਾ ਆਉਣੀ ਹੈ, ਅਤੇ ਇਹ ਡੇਗੇ ਬਣੇ ਨੇ ਨਾਲ, ਇਹਨਾਂ ਨੂੰ ਚੁੱਕਣ ਦੀ ਵੀ ਲੋੜ ਨਹੀਂ ਪੈਂਦੀ ਹੋਣੀ। ਆਵੇ ਇੱਕ ਸਾਈਡ ਦੇ ਉੱਤੇ ਨਾ ਉਹ ਹੈਂਡਲ ਲੱਗੇ ਨੇ, ਇੱਦਾਂ ਹੀ ਪਲਟੀ ਹੋ ਜਾਂਦੇ ਨੇ ਦੂਜੇ ਉਹਦੇ ਪਾਸੇ। ਅਸੀਂ ਇੱਥੇ ਖਾਲਸਾ ਕਾਲਜ ਹੈ ਜੀ, ਉੱਥੇ ਪੜ੍ਹਾਉਂਦੇ ਹਾਂ, ਅਤੇ ਜ਼ਿਲ੍ਹਾ ਪਟਿਆਲਾ ਸਾਡਾ। ਇਹ ਥੋੜ੍ਹਾ ਸ਼ੌਂਕ ਵਜੋਂ ਵੀਡੀਓ ਬਣਾ ਲਈ ਦੀ, ਚਲੋ ਘਰ ਬੈਠੇ ਹੋਲਾ ਮਹੱਲਾ ਵੇਖ ਲੈਂਦੇ ਨੇ ਕਈ। ਬਾਪੂ ਜੀ ਕਹਿ ਰਹੇ ਨੇ ਕਿ ਯਾਨੀ ਕਿ ਦੀਪ ਸਿੱਧੂ ਅਤੇ ਮੂਸੇਵਾਲਾ ਵੀਰ ਹੈ, ਉਹਨਾਂ ਦੇ ਯਾਨੀ ਕਿ ਭੋਗ 'ਤੇ ਵੀ ਇਹ ਵੀਰ ਗਏ ਸਨ ਆਪਣਾ ਵਾਹਿਗੁਰੂ ਜੀ ਕੀ ਫਤਿਹ ਜੀ, ਉੱਥੇ ਵੀ ਯਾਨੀ ਕਿ ਲੰਗਰ ਦੀ ਸੇਵਾ ਵੀਰਾਂ ਨੇ ਕੀਤੀ ਸੀ। ਅਤੇ ਕੱਲ੍ਹ ਜਿਹੜਾ ਅਸੀਂ ਕੰਮ ਕੀਤਾ ਸੀ, ਵੀਰ ਬਣ ਕੇ ਸਬਸਕ੍ਰਾਈਬ ਕਰਦੇ ਆ ਜੇ, ਭਾਫ ਦੇ ਨਾਲ ਕੋਈ ਪੱਕਦਾ ਲੰਗਰ ਕਹਿੰਦੇ ਇੱਥੇ, ਅਤੇ ਉਹ ਆਪਾਂ ਵੇਖ ਲਈਆ। ਵੇਖ ਇੱਕ ਨਾ ਟਰਾਲੀ ਆ ਇੱਦਾਂ ਕਰਕੇ, ਟਰਾਲੀ ਦੇ ਨਾਲ ਤੇ ਆ ਵੇਖਿਆ ਵੀ ਬੇਗੇ ਬਣੇ ਨੇ, ਇਹਨਾਂ 'ਚ ਦਾਲਾਂ ਬਣਦੀਆਂ, ਚੌਲ ਬਣਦੇ। ਆਹ ਵੇਖ ਪਿੰਡ ਹੈਗਾ ਸੇ ਪਿੰਡ ਦੀ ਇਹ ਯਾਨੀ ਕਿ ਉਹ ਪ੍ਰੋਪਰਟੀ ਕਹਿ ਲਈਏ ਆਪਾਂ, ਅੱਗੇ ਲੰਗਰ ਲੱਗਾ ਇਹਨਾਂ ਦਾ, ਅਤੇ ਆਪਾਂ ਮਾੜਾ ਵੇਖੀਏ ਆ ਕਿਵੇਂ ਮਤਲਬ ਤੁਰਦਾ ਫਿਰਦਾ, ਦੇਗੇ ਕਿਵੇਂ ਚੱਲਦੇ ਨੇ। ਆ ਜਾ ਲੈ ਇੱਧਰੋਂ ਦੀ ਨਿਕਲਿਆ, ਬਾਪੂ ਜੀ ਨਾਲ ਗੱਲ ਕਰ ਲਈਏ। ਸਤਿ ਸ਼੍ਰੀ ਅਕਾਲ ਬਾਪੂ ਜੀ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਬਸ ਬੈਠੋ, ਬਾਪੂ ਜੀ ਗੱਲ ਹੀ ਕਰਨੀ ਸੀ ਤੁਹਾਡੇ ਨਾਲ ਮਾੜੀ ਜੀ। ਇੱਕ ਵਾਰੀ ਪਹਿਲਾਂ ਉੱਤੇ ਵਿਖਾਈਏ ਅਸੀਂ। ਆਹ ਵੇਖੋ ਤੁਸੀਂ ਜਿਵੇਂ ਥੱਲੇ ਨਾ ਪੂਰਾ ਟਰੱਕ ਦਾ ਹੈਗਾ ਏ, ਦੋ ਟਰਾਲੀਆਂ ਜਿੰਨੀ ਜਗ੍ਹਾ ਆਉਣੀ ਹੈ, ਅਤੇ ਇਹ ਡੇਗੇ ਬਣੇ ਨੇ ਨਾਲ, ਇਹਨਾਂ ਨੂੰ ਚੁੱਕਣ ਦੀ ਵੀ ਲੋੜ ਨਹੀਂ ਪੈਂਦੀ ਹੋਣੀ। ਆਵੇ ਇੱਕ ਸਾਈਡ ਦੇ ਉੱਤੇ ਨਾ ਉਹ ਹੈਂਡਲ ਲੱਗੇ ਨੇ, ਇੱਦਾਂ ਹੀ ਪਲਟੀ ਹੋ ਜਾਂਦੇ ਨੇ ਦੂਜੇ ਉਹਦੇ ਪਾਸੇ। ਕਿਸੇ ਤਰ੍ਹਾਂ ਦੀ ਮਤਲਬ ਕੋਈ ਅੱਗ ਜਾਂ ਬਾਲਣ ਨਹੀਂ ਬਾਲਿਆ ਜਾ ਰਿਹਾ। ਬਾਪੂ ਜੀ ਤੋਂ ਪੁੱਛੀਏ ਆਪਾਂ, ਬਾਪੂ ਜੀ ਕਿਵੇਂ ਇਹ ਪਿੰਡ, ਸੇ ਪਿੰਡ ਕਿੱਥੇ ਕੁ ਪੈਂਦਾ? ਸੇ ਪਿੰਡ ਖੰਨੇ ਦੇ ਨੇੜੇ ਆ ਜੀ, ਲੁਧਿਆਣਾ ਜ਼ਿਲ੍ਹਾ। ਜ਼ਿਲ੍ਹਾ ਲੁਧਿਆਣਾ ਜੀ, ਤਹਿਸੀਲ ਸਾਡੀ ਸਮਰਾਲਾ। ਸਮਰਾਲਾ ਤਹਿਸੀਲ, ਠੀਕ ਹੈ। ਤੇ ਇਹ ਜਿਹੜੀ ਟਰਾਲੀ ਇਦਾਂ ਬਣੀ ਹੈ ਤੁਰਦੀ ਫਿਰਦੀ, ਇਹ ਅਸੀਂ ਆਪੇ ਬਣਾਇਆ ਹੋਇਆ ਸਾਰਾ, ਤੁਸੀਂ ਆਪ ਸਾਰਾ ਲਾ ਕੇ ਜਗੜ ਬਣਾਇਆ, ਡਿਜ਼ਾਈਨ ਕਰਕੇ ਆਪ ਬਣਾਇਆ ਹੋਇਆ ਜੀ। ਇਹ ਯਾਨੀ ਕਿ ਭਾਫ ਦੇ ਨਾਲ ਹੀ ਕੋਈ ਕੋਰੇ ਕਾਲੇ ਬਣਦਾ, ਲੱਕੜ ਪਾਉਂਦੇ ਆ, ਉਹ ਭਾਫ ਬਣਾਉਂਦੇ ਆ, ਭਾਫ ਗਾਂ ਲੰਗਰ ਤਿਆਰ ਕਰਦੀ। ਯਾਨੀ ਕਿ ਜਿਵੇਂ ਆ ਵਖਾਈ ਵੀਰ ਮੇਰਾ, ਆ ਜਿਵੇਂ ਦੇਗਾ ਉਰਲਾ, ਇਹਦੇ ਨੀਚੇ ਭਾਫ ਯਾਨੀ ਕਿ ਦੇਰੀ ਸੇਕ ਅਲੱਗ ਹੁੰਦੀ ਆ, ਭਾਫ ਸੇਕ ਯਾਨੀ ਕਿ ਭਾਫ ਨਹੀਂ ਦੇਣਾ, ਭਾਫ ਨਹੀਂ ਸੇਕ ਦੇਣਾ। ਬੱਲੇ ਬੱਲੇ, ਵਾਹ ਜੀ ਵਾਹ। ਕਿੰਨਾ ਚਿਰ ਹੋ ਗਿਆ ਵੈਸੇ ਤੁਹਾਨੂੰ ਇੱਥੇ ਆਉਂਦਿਆਂ ਨੂੰ? ਪਾਉਂਦਿਆਂ ਨੂੰ ਤਾਂ 50 ਸਾਲ ਹੋ ਗਏ ਹੁਣ। ਵਾਹਿਗੁਰੂ ਜੀ। ਇਹ ਬਣਿਆ 13 'ਚ, ਇਹ 2013 'ਚ ਤੁਸੀਂ ਬਣਾਇਆ ਹੈ? ਯਾਨੀ ਕਿ ਕਿਤੇ ਵੀ ਸਿੱਧੂ ਬਾਈ ਦਾ ਅਸੀਂ ਲੰਗਰ ਬਣਾਇਆ, ਦੀਪ ਸਿੱਧੂ ਬਾਈ ਦਾ, ਅੱਛਾ ਜੀ, ਤੇ ਮੂਸੇਵਾਲੇ ਦਾ ਵੀ ਅਸੀਂ ਲੰਗਰ ਬਣਾਇਆ ਭੋਗ ਸਮੇਂ। ਵਾਹਿਗੁਰੂ। ਬਾਪੂ ਜੀ ਕਹਿ ਰਹੇ ਨੇ ਕਿ ਯਾਨੀ ਕਿ ਦੀਪ ਸਿੱਧੂ ਅਤੇ ਮੂਸੇਵਾਲਾ ਵੀਰ ਹੈ, ਉਹਨਾਂ ਦੇ ਯਾਨੀ ਕਿ ਭੋਗ 'ਤੇ ਵੀ ਇਹ ਵੀਰ ਗਏ ਸਨ ਆਪਣਾ ਵਾਹਿਗੁਰੂ ਜੀ ਕੀ ਫਤਿਹ ਜੀ, ਉੱਥੇ ਵੀ ਯਾਨੀ ਕਿ ਲੰਗਰ ਦੀ ਸੇਵਾ ਵੀਰਾਂ ਨੇ ਕੀਤੀ ਸੀ। ਨਹੀਂ ਮਤਲਬ ਜਿਵੇਂ ਇਹਨਾਂ ਨੂੰ ਚਲਾਉਣਾ, ਜਿਵੇਂ ਆ ਵੀਰ ਮੇਰਾ ਉੱਤੇ ਹੈ, ਸਾਰੇ ਉਹ ਉੱਤੇ ਕਰਦਾ ਕੰਮ, ਵੀ ਕਿੰਨੀ ਭਾਫ ਵਗੈਰਾ, ਇਹਦੇ ਵਿੱਚ ਮੀਟਰ ਲੱਗਿਆ ਹੋਇਆ, ਮੀਟਰ ਦੱਸਦਾ ਵੀ ਕਿੰਨਾ ਪਾਣੀ ਹੈ, ਅੱਛਾ ਜੀ, ਕਿੰਨਾ ਇਹਨੂੰ ਚਾਹੀਦਾ, ਉਹ ਅਸੀਂ ਉਹ ਮੇਨਟੇਨ ਕਰਦੇ ਆ, ਜੇ ਲੋੜ ਹੈ ਭਾਫ ਘੱਟਦੀ ਹੈ ਤਾਂ ਲੱਕੜ ਪਾਉਣੇ ਆ। ਓਕੇ, ਇਹ ਯਾਨੀ ਕਿ ਡਰਮ ਕਹਿ ਲਈਏ ਨੂੰ ਆਪਾਂ, ਯਾਨੀ ਕਿ ਉਹ ਕਹਿ ਲਈਏ ਬਾਇਲਰ ਕਿਹਾ ਜਾਂਦਾ ਹੈ, ਬਾਇਲਰ, ਬਾਇਲਰ, ਹਾਂ, ਵਾਰਡ ਵਾਲਾ ਬਾਇਲਰ ਹੈ ਇਹ। ਇਹਦੇ ਵਿੱਚ ਮਤਲਬ ਕਿ ਇੰਜਨ ਪਰਲੇ ਪਾਸੇ ਲੱਗਾ ਵੀ ਉਹ ਸਟਾਰਟ ਕਰਕੇ ਭਾਫ ਪੈਦਾ ਹੋ ਜਾਂਦੀ, ਤੇ ਜੇ ਘੱਟਦੀ ਦਿਸੇ ਤੇ ਦੁਬਾਰਾ ਇੰਜਨ ਸਟਾਰਟ ਹੋ ਜਾਂਦਾ। ਹਾਂਜੀ ਹਾਂਜੀ, ਠੀਕ ਹੈ ਬਾਬਾ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ ਜੀ। ਅਸੀਂ ਇੱਥੇ ਖਾਲਸਾ ਕਾਲਜ ਹੈ ਜੀ,
ਉੱਥੇ ਪੜ੍ਹਾਉਂਦੇ ਹਾਂ ਅਤੇ ਜ਼ਿਲ੍ਹਾ ਪਟਿਆਲਾ ਸਾਡਾ ਅਤੇ ਥੋੜ੍ਹਾ ਸ਼ੌਂਕ ਵਜੋਂ ਵੀਡੀਓ ਬਣਾ ਲਈ ਦੀ ਚਲੋ ਘਰ ਬੈਠੇ ਹੋਲਾ ਮਹੱਲਾ ਵੇਖ ਲੈਂਦੇ ਨੇ ਕਈ ਬੜਾ ਵਧੀਆ ਅਨੋਖਾ ਤਰੀਕਾ ਤੁਹਾਡਾ ਲੰਗਰ ਪਕਾਉਣ ਦਾ ਵੀਰ ਜੀ ਆਹ ਬੁਲਟਾਂ ਦੇ ਉੱਤੇ ਲਾ ਕੇ ਝੰਡੇ ਆ ਜਾਂਦੇ ਨੇ ਵੇ ਸੱਜਣ ਕਿਵੇਂ ਸੰਗਤ ਆ ਰਹੀ ਹੈ ਸੰਗਤ ਜਾ ਰਹੀ ਹੈ ਵਧੀਆ ਜਾਂਦੀ ਹੈ ਸੰਗਤ ਯਾਰ ਅੱਗੋਂ ਕਈ ਵਾਰੀ ਚੀਜ਼ ਆ ਜਾਂਦੀ ਹੈ ਨਾ ਪੁੱਠੇ ਪਾਸਿਓਂ ਪਤਾ ਨਹੀਂ ਲੱਗਦਾ ਹੈਗਾ ਇੱਧਰ ਵੇਖੋ ਕਹਿੰਦਾ ਤੁਸੀਂ ਇੱਕ ਚੀਜ਼ ਬੜੀ ਵਧੀਆ ਇੱਧਰ ਪਿੰਡਾਂ 'ਚ ਉਹ ਸਾਹਮਣੇ ਪਿੰਡ ਵੱਸਦਾ ਨਿੱਕਾ ਜਿਹਾ ਅਤੇ ਪਪੂਲਰ ਬਹੁਤ ਜ਼ਿਆਦਾ ਲੱਗਦਾ ਇੱਧਰ ਐਨ ਦਰਿਆ ਦਾ ਕੰਢਾ ਹੀ ਹੈ ਤਕਰੀਬਨ ਇਹ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨੀਚਲੇ ਪਾਸੇ ਅਤੇ ਬੜੇ ਸੋਹਣੇ ਯਾਨੀ ਕਿ ਮਾਹੌਲ ਬੜਾ ਵਧੀਆ ਇੱਧਰ ਅਨੰਦਪੁਰ ਸਾਹਿਬ ਵੱਲ ਲੈ